ਇਹਦੇ ਵਿੱਚ ਕੋਈ ਹਕੀਕਤ ਨਹੀਂ ਹੈ। ਉਸ ਤੋਂ ਬਾਅਦ ਸਦਰ ਪਾਕਿਸਤਾਨ ਆਸਿਫ ਅਲੀ ਜ਼ਰਦਾਰੀ ਸਾਹਿਬ ਦਾ ਰੂਸ ਦਾ ਦੌਰਾ, ਰੂਸ ਦੇ ਵਿੱਚ ਜਿਸ ਕਿਸਮ ਦੇ, ਫਿਰ ਉਸ ਤੋਂ ਬਾਅਦ ਇਹ ਚਾਈਨਾ ਦਾ ਦੌਰਾ। ਤੁਸੀਂ ਅਗਰ ਇਹਨਾਂ ਤਿੰਨੋਂ ਲਾਈਨਾਂ ਨੂੰ ਦੇਖੋ, ਔਰ ਫਿਰ ਅਸੀਂ ਇਸ ਉੱਤੇ ਥੋੜ੍ਹੀ ਜਿਹੀ ਡਿਸਕਸ ਕੀਤੀ ਸੀ ਕਿ ਇਹ ਕਿਸ ਲਾਈਨ ਵਾਲੇ ਪਾਸੇ ਸਾਰੇ ਮਾਮਲਾ ਜਾ ਰਹੇ ਨੇ, ਕਿਆ ਸਾਡੀ ਖਾਰਜਾ ਪਾਲਿਸੀ ਦੇ ਵਿੱਚ ਕਿਤੇ ਥੋੜ੍ਹਾ ਬਹੁਤ ਟਰਨ ਆ ਰਿਹਾ, ਕੋਈ ਸੂਰਤ ਹਾਲ ਉਸ ਪਾਸੇ ਵੀ ਜਾ ਰਹੇ, ਕਿਆ ਅਸਾਂ ਅਮਰੀਕੀ ਗੁਲਾਮੀ 'ਚੋਂ ਨਿਕਲ ਸਕਦੇ ਹਾਂ। ਤੁਸੀਂ ਇੱਕ ਹੋਰ ਯਲਗਾਰ ਦੇਖੀ ਹੋਣੀ ਹੈ ਕਿ ਜਿਹੜਾ ਆਪਰੇਸ਼ਨ ਸਾਡੇ ਕੋਲ ਐਪਟਾਬਾਦ ਦਾ ਹੋਇਆ ਸੀ, ਐਪਟਾਬਾਦ ਦੇ ਆਪਰੇਸ਼ਨ ਤੋਂ ਫੌਰਨ ਬਾਅਦ ਹੁਣ ਜਿਸ ਵਕਤ ਅਮੈਰੀਕਨ ਨੂੰ ਅਹਿਸਾਸ ਹੋਇਆ ਕਿ ਇਹ ਮਾਮਲਾ ਜਿਹੜੇ ਨੇ, ਲੱਗਦਾ ਇਹ ਵੇ ਕਿ ਅਗਰ ਸਾਨੂੰ ਇਮਦਾਦ ਦੀ ਜ਼ਰੂਰਤ ਹੈ, ਸਾਨੂੰ ਆਪਣੇ ਤਰੱਕਿਆਤੀ ਕੰਮਾਂ ਵਾਸਤੇ ਅਮੈਰੀਕਨ ਡਾਲਰਾਂ ਦੀ ਜ਼ਰੂਰਤ ਹੈ, ਤਾਂ ਮੇਰਾ ਖਿਆਲ ਹੈ ਕਿ ਅਮੈਰੀਕਾ ਨੂੰ ਸਾਡੀ ਦੁੱਗਣੀ ਜ਼ਰੂਰਤ ਹੈ। ਜਿਤਨੀ ਜ਼ਰੂਰਤ ਸਾਡੀ ਅਮਰੀਕਾ ਹੈ, ਉਹਦੇ ਨਾਲ ਦੁੱਗਣੀ ਜ਼ਰੂਰਤ ਅਮਰੀਕਾ ਨੂੰ ਪਾਕਿਸਤਾਨ ਦੀ ਹੈ। ਉਸ ਤੇਜ਼ੀ ਨਾਲ ਉਹਨਾਂ ਦੀ ਵਾਪਸੀ ਇੱਥੇ ਆਉਣਾ, ਉੱਥੇ ਲੋਲੀਪਾਪ ਵੀ ਹੋਣਗੇ, ਸਾਰਾ ਕੁਝ ਵੀ ਹੋਏਗਾ, ਲੇਕਿਨ ਕੈਰੀ ਲੂਗਰ ਬਿੱਲ ਵਾਲੀ ਇਮਦਾਦ ਦੀ ਵੀ ਗੱਲ ਕੋਈ ਰੋਕਣ ਦੀ ਨਹੀਂ ਹੋ ਰਹੀ, ਮਜ਼ੀਦ ਵੀ ਹੈ। ਔਰ ਜਿਹੜੀ ਸਾਡੇ ਸਾਬਕ ਵਜ਼ੀਰ ਖਾਰਜਾ ਸਨ ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ, ਉਹਨਾਂ ਦੀ ਦੋਸਤ ਹੈਲਰੀ ਕਲਿੰਟਨ ਵੀ ਆ ਰਹੀ ਹੈ ਨਾਲ, ਹੋਰ ਵੀ ਕਹਿੰਦੇ ਨੇ ਕਿ ਦੋ ਬੜੇ ਇੰਪਾਰਟੈਂਟ ਕਿਸਮ ਦੇ ਅਮੈਰੀਕਨ ਲੈ ਕੇ ਆਏਗੀ ਔਰ ਮਾਮਲਾਤ ਨੂੰ ਠੀਕ ਕੀਤਾ ਜਾਏਗਾ। ਵਜ਼ੀਰ ਆਜ਼ਮ ਦੇ ਦੌਰੇ ਨੂੰ, ਇਹ ਸਾਰੇ ਤਨਾਜ਼ਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ? ਸਭ ਤੋਂ ਪਹਿਲੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਅਮੈਰੀਕਾ ਨੂੰ ਸਾਡੀ ਦੁੱਗਣੀ ਜ਼ਰੂਰਤ ਹੈ, ਮਗਰ ਸਾਡਾ ਪ੍ਰੋਬਲਮ ਐਵੇਂ ਕਿ ਅਸੀਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਦਿਲਾ ਪਾ ਰਹੇ ਹਾਂ ਅਮੈਰੀਕਾ ਨੂੰ ਕਿ ਭਾਈ ਤੈਨੂੰ ਸਾਡੀ ਜ਼ਿਆਦਾ ਜ਼ਰੂਰਤ ਹੈ ਬਨਿਸਬਤ ਜਿੰਨੀ ਸਾਨੂੰ ਤੇਰੀ ਜ਼ਰੂਰਤ ਹੈ। ਅੱਜ ਜੌਨ ਕੈਰੀ ਸਾਹਿਬ ਇੱਥੇ ਖਲੋ ਕੇ ਗੱਲ ਕਰ ਰਹੇ ਨੇ ਕਿ ਜੀ ਜਿਹੜੀ ਅਸੀਂ ਇਮਦਾਦ ਦੇ ਰਹੇ ਹਾਂ 3 ਅਰਬ ਡਾਲਰ ਜਿਹੜੇ ਦੇਣੇ ਨੇ ਉਹਦੇ 'ਤੇ ਬੜਾ ਦਬਾਅ ਸੀ ਸਾਡੇ ਦੇ ਉੱਤੇ ਕਿ ਜੀ ਇਮਦਾਦ ਕੈਂਸਲ ਕੀਤੀ ਜਾਵੇ, ਮਗਰ ਅਸੀਂ ਪਾਕਿਸਤਾਨ ਨਾਲ ਤਾਲੁਕਾਤ ਰੱਖਣਾ ਚਾਹੁੰਦੇ ਹਾਂ, ਕੈਰੀ ਲੂਗਰ ਬਿੱਲ ਨੂੰ ਵੀ ਅਸੀਂ ਅੱਗੇ ਲੈ ਕੇ ਚੱਲਾਂਗੇ। ਇੱਕ ਪਾਸੇ ਉਹੀ ਸਾਨੂੰ ਜਿਸ ਤਰ੍ਹਾਂ ਉਹ ਕੈਰੇਟ ਐਂਡ ਸਟਿਕ ਵਾਲਾ ਮਾਮਲਾ ਸਾਡੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ, ਅਤੇ ਪਾਕਿਸਤਾਨ ਨੂੰ ਇਸ ਗੱਲ ਦਾ ਇਦਰਾਕ ਨਹੀਂ ਹੋ ਰਿਹਾ। ਫੋਰਨ ਪੋਲਿਸੀ ਯੂ ਟਰਨ ਦੇ ਬੜੇ ਅੱਛੇ ਮੌਕੇ ਨੇ, ਮਗਰ ਸਾਨੂੰ ਕਰੇਜ ਵੀ ਤਾਂ ਦਿਖਾਣੀ ਪੈਗੀ ਨਾ ਅਮਰੀਕਾ ਅੱਗੇ। ਅੱਜ ਜੌਨ ਕੈਰੀ ਜਿਹੜੀ ਗੱਲਾਂ ਕਰ ਰਿਹਾ ਉਹਦਾ ਮੂੰਹ ਤੋੜ ਜਵਾਬ ਕਿਸੇ ਵੀ ਹਲਕੇ ਵੱਲੋਂ ਉਹਨੂੰ ਨਹੀਂ ਦਿੱਤਾ ਜਾ ਰਿਹਾ ਜੀ। ਕਾਲ ਲੈ ਲਈਏ। ਅਸਲਾਮ ਅਲੈਕੁਮ। ਹੈਲੋ, ਹੈਲੋ, ਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ? ਠੀਕ ਹੈ? ਬਿਲਕੁਲ ਠੀਕ ਠਾਕ ਹੈ ਜੀ। ਖਰੀਅਤ ਹੈ? ਕੀ ਕਹਿਣਾ ਚਾਹੁੰਦੇ ਹੋ? ਮੈਂ ਸਰ ਸਾਊਦੀ ਅਰਬ ਤੋਂ ਨਸੀਰ ਮੁਗਲ ਬੋਲ ਰਿਹਾ ਜੀ। ਸਰ ਸਾਡੇ ਜਿੰਨੇ ਵੀ ਹੁਕਮਰਾਨ ਬੈਠੇ ਨੇ ਸਭ ਬਗੈਰਤ ਨੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਜ਼ਿਆਦਤੀ ਵਾਲੀ ਗੱਲ ਹੈ, ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ। ਅਸੀਂ ਹਮੇਸ਼ਾ ਇਹੋ ਹੀ ਕੋਸ਼ਿਸ਼ ਕੀਤੀ ਹੈ ਆਪਣੇ ਕਾਲਰ ਨੂੰ। ਫਿਰ ਤੁਸੀਂ ਦੇਖੋ ਕਿ ਐਸੇ ਏਰੀਏ 'ਚ ਤੁਸੀਂ ਬੋਲਦੇ ਹੋ, ਬੜੇ ਮੁਕੱਦਸ ਜਿਹਾ ਸ਼ਹਿਰ ਨੇ, ਬੜਾ ਅੱਛਾ ਜਿਹਾ ਮੁਲਕ ਹੈ, ਉੱਥੋਂ ਤੁਸੀਂ ਜਦੋਂ ਵੀ ਬੋਲੋਗੇ ਇਖਲਾਕੀਆਤ ਦੇ ਦਾਇਰੇ 'ਚ ਗੱਲਬਾਤ ਹੋਏਗੀ। ਮੈਂ ਇਹ ਕਹਿਣਾ ਕਿ ਮੈਂ ਦੁਨੀਆ ਦੇ ਜਿਸ ਜਿਸ ਕੋਨੇ ਦੇ ਵਿੱਚ ਗਿਆ ਉੱਥੇ ਲਾਈਵ ਪ੍ਰੋਗਰਾਮ ਚੱਲ ਰਹੇ ਹੁੰਦੇ ਨੇ, ਬਹੁਤ ਜ਼ਿਆਦਾ ਓਪਨ ਗੱਲਬਾਤ ਵੀ ਕੀਤੀ ਜਾਂਦੀ ਹੈ, ਲੇਕਿਨ ਇਖਲਾਕੀਆਤ ਦਾ ਦਾਮਨ ਨਹੀਂ ਛੋੜਨਾ ਚਾਹੀਦਾ, ਪਾਰਲੀਮਾਨੀ ਜ਼ਬਾਨ ਨੂੰ ਇਸਤੇਮਾਲ ਕਰਨਾ ਚਾਹੀਦਾ। ਔਰ ਅੱਛਾ ਜੀ, ਇਹ ਜਿਹੜੀ ਚੀਜ਼ ਅਸੀਂ ਡਿਸਕਸ ਕਰ ਰਹੇ ਸੀ ਇਸ ਤੋਂ ਪਹਿਲੇ ਕਿ ਸਾਡੇ ਕੋਲ ਜਿੰਨੇ ਵੀ ਮਾਮਲਾਤ ਨੇ, ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਜਾਂ ਫਿਰ ਇਹ ਜਿਹੜੀ ਮਜ਼ਹਬੀ ਜਮਾਤਾਂ ਦੇ ਹਵਾਲੇ ਨਾਲ ਚੀਜ਼ਾਂ ਚੱਲੀਆਂ, ਪਾਰਲੀਮੈਂਟ ਦੇ ਅੰਦਰ ਜਿਹੜਾ ਸੈਸ਼ਨ ਦੇ ਵਿੱਚ ਗੁਫ਼ਤਗੂ ਹੋਈ ਸੀ, ਉਹ ਸਾਰੀ ਚੀਜ਼ ਦਾ ਜਿਹੜਾ ਨਿਚੋੜ ਅਸੀਂ ਕੱਢਿਆ ਕਿ ਮੁਸ਼ਤਰਕਾ ਕਰਾਰਦਾਦ ਅਸੀਂ ਲੈ ਕੇ ਆਏ, ਇਹ ਹੁਣ ਜਿਹੜੀ ਨਾਕਾਮੀ ਹੈ ਦੁਬਾਰਾ ਡਰੋਨ ਹਮਲਿਆਂ ਦੀ ਸ਼ਕਲ ਵਿੱਚ ਸਾਹਮਣੇ ਆਈ ਹੈ, ਅਤੇ ਇਹ ਕਿਸੇ ਇੱਕ ਗਰੁੱਪ ਦੀ, ਇਕਤਦਾਰ ਵਾਲੇ ਬੰਦੇ ਦੀ ਜਾਂ ਅਪੋਜੀਸ਼ਨ ਵਾਲੇ ਬੰਦੇ ਦੀ ਜਾਂ ਕਿਸੇ ਖਾਸ ਜਮਾਤ ਦੀ ਨਹੀਂ ਹੈ, ਇਹ ਪੂਰੇ ਮੁਲਕ ਦੀ ਜਿਹੜੇ ਵੇ ਇਹ ਉਹਦੀ ਇੱਕ ਨਾਕਾਮੀ ਹੈ। ਔਰ ਅਗਰ ਮੈਂ ਥੋੜ੍ਹੇ ਜਿਹੇ ਸਖਤ ਲਫ਼ਜ਼ ਇਸਤੇਮਾਲ ਕਰਾਂ ਤਾਂ ਜਾਨ ਕੈਰੀ ਸਾਹਿਬ ਜਾਂ ਅਮੈਰੀਕਨਸ ਨੇ ਆ ਕੇ ਸਾਡੀ ਪੂਰੀ ਕਿਆਦਤ ਮੂੰਹ 'ਤੇ ਇੱਕ ਤਮਾਚਾ ਨਹੀਂ ਮਾਰਿਆ? ਬਿਲਕੁਲ, ਮੈਂ ਪ੍ਰੋਗਰਾਮ ਦੇ ਸ਼ੁਰੂ ਜਿਹੜੀ ਅਸੀਂ ਗੱਲ ਕਰ ਰਹੇ ਸੀ ਆਸ਼ਵਾਨੀ ਸਾਹਿਬ ਕਿ ਪਾਰਲੀਮੈਂਟ ਦੀ ਯੂਨੈਨੀਮਸ ਰੈਜ਼ੋਲੂਸ਼ਨ ਸੀ, ਅਤੇ ਇਨ ਕੈਮਰਾ ਸੈਸ਼ਨ ਤੋਂ ਬਾਅਦ ਜਿਹੜੇ ਤੁਹਾਡੀ ਅਸਕਰੀ ਕਿਆਦਤ ਵੀ ਬੈਠੀ ਹੋਈ ਸੀ ਉਹਦੇ ਬਾਅਦ ਤੁਸੀਂ ਇਹ ਰੈਜ਼ੋਲੂਸ਼ਨ ਦੇ ਰਹੇ ਹੋ, ਅਤੇ ਉਹਦੇ ਤੋਂ ਪਹਿਲੇ ਜਿਹੜੀ ਤੁਹਾਡੀ ਵਿਕੀਲੀਕਸ ਵਾਲੇ ਮਾਮਲੇ ਸਾਹਮਣੇ ਆਏ ਸੀ ਕਿ ਅਸੀਂ ਸ਼ੋਰ ਪਾਉਂਦੇ ਰਹਾਂਗੇ, ਅੱਜ ਪਾਰਲੀਮੈਂਟ ਨੇ ਜਵਾਬ ਦੇਣਾ ਹੈ ਪਾਕਿਸਤਾਨੀ ਆਵਾਮ ਨੂੰ ਵੀ ਅਤੇ ਪੂਰੀ ਦੁਨੀਆ ਨੂੰ ਵੀ ਕਿ ਅਸੀਂ ਡਰੋਨ ਹਮਲਿਆਂ ਦੇ ਹਵਾਲੇ ਨਾਲ ਗੱਲ ਕੀਤੀ ਸੀ ਅਤੇ ਅੱਜ ਡਰੋਨ ਹਮਲੇ ਹੋਏ ਨੇ, ਅਸੀਂ ਕੀ ਰਿਐਕਟ ਕਰ ਰਹੇ ਹਾਂ ਉਹਦੇ ਉੱਤੇ? ਸਾਊਦੀ ਅਰਬ ਦੀ ਕਾਲ ਹੈ। ਅਸਲਾਮ ਅਲੈਕੁਮ। ਹੈਲੋ, ਕੱਟੀ ਗਈ ਹੈ ਕਾਲ, ਦੁਬਾਰਾ ਕਾਲ ਆ ਰਹੀ ਸੀ ਸੂਦੀ ਅਰਬ। ਅੱਛਾ ਜੀ, ਇੱਕ ਚੀਜ਼ ਹੈ, ਮੈਂ ਦੋਸਤਾਂ ਨੂੰ ਇੱਕ ਦਫ਼ਾ ਫਿਰ ਰਿਕੁਐਸਟ ਕਰਾਂਗਾ, ਅਸੀਂ ਕਾਲ ਲਵਾਂਗੇ, ਬਿਲਕੁਲ ਬਰਾਹ ਰਾਸਤ ਲਵਾਂਗੇ, ਲੇਕਿਨ ਪਲੀਜ਼ ਤੁਸੀਂ ਸਾਡੇ ਨਾਲ ਉਹੀ ਗੁਫ਼ਤਗੂ ਕਰਨੀ ਹੈ ਜਿਹੜੀ ਅਖਲਾਕੀਆਤ ਦੇ ਦਾਇਰੇ 'ਚ ਹੋਏਗੀ। ਜਦੋਂ ਤੁਸੀਂ ਇਸ ਤਰ੍ਹਾਂ ਦੀ ਗੁਫ਼ਤਗੂ ਕਰਦੇ ਹੋ, ਫਰਦ ਵਾਹਿਦ, ਅੱਜ ਅਸੀਂ ਰੋਣਾ ਕਿਸ ਚੀਜ਼ ਦਾ ਰੋ ਰਹੇ ਹਾਂ ਕਿ ਇੱਕ ਫਰਦ ਜਿਹੜਾ ਵੇ ਉਹ ਗਲਤੀ ਕਰਦਾ ਔਰ ਪੂਰਾ ਮੁਲਕ ਉਹਦਾ ਖਮਿਆਜ਼ਾ ਭੁਗਤਦਾ? ਇੱਕ ਅਹਿਮ ਗੱਲ ਹੋਰ ਕਿ ਪਾਕਿਸਤਾਨ ਪੀਪਲਸ ਪਾਰਟੀ ਦੇ ਵਿੱਚ ਇਸ ਵਕਤ ਕੋਈ ਵਾਜ਼ੇ ਤੌਰ 'ਤੇ ਨਾਰਾਜ਼ ਗਰੁੱਪ ਸਾਹਮਣੇ ਨਹੀਂ ਆ ਰਿਹਾ, ਲੇਕਿਨ ਕਹਿੰਦੇ ਨੇ ਕਿ ਅੰਦਰੂਨੇ ਖਾਨਾ ਪੀਪਲਸ ਪਾਰਟੀ ਦੇ ਅੰਦਰ ਵੀ ਇੱਕ ਨਾਰਾਜ਼ ਗਰੁੱਪ ਜਿਹੜਾ ਵੇ ਉਹ ਪਨਪਦਾ ਜਾ ਰਿਹਾ ਕਿ ਉਹਦੇ ਵਿੱਚ ਕਈ ਲੋਕਾਂ ਦੇ ਨਾਂ ਲਿੱਤੇ ਜਾ ਰਹੇ ਨੇ,
لیکن وہ چونکہ وقت دا انتظار کر رہے نے وہ کہندے نے کہ ساڈی اس وقت جڑی وے ہارڈ لائنر جڑے سن وہ بھی خاموشی نال اوتھے ہی رہ رہے ایک ہور چیز کہی جا رہی ہے کہ رضا ربانی صاحب نے جدوں استعفا دیتا ایک خبراں بھی آ رہی ہیں کہ انہاں نوں ایندا ٹکٹ جڑا وے سینٹ دا پیپلز پارٹی دی طرفوں نہیں ملے گا اور جڑی انہاں دی ڈپٹی سیکرٹری اطلاعات دی جڑی جنرل سیکرٹری دی سیٹ ہے وہ بھی انہاں نوں کل لیتی جائے گی اور ایک ہور چیز کہ پورا سیشن اور پاکستان دے وچ بڑی امپورٹنٹ ڈویلپمنٹ ہوئی پولیٹیکل ڈویلپمنٹ ہوئی اور اسامہ بن لادن تو علاوہ سیشن بڑا بھرپور قسم دا چلیا اے جڑا 30واں قومی اسمبلی دا سیشن سی او دے وچ بار بار کیا گیا اے اے شنید ہے اے ذرائع دستے نے کہ رابطہ کیتا گیا سپیکر قومی اسمبلی ڈاکٹر فہمیدہ مرزا نال لیکن انہوں نے وہ واپس نہیں آئے اور یہ کیونکہ جدو اتھوں جس حالت گئے سن ساڈے دوست ڈاکٹر ذوالفقار مرزا صاحب انہاں کول جڑی صوبہ سندھ دی وزارت داخلہ لیتی گئی سی اور اتھے خوش کیتا گیا سی جڑا ایم کیو ایم نو سنے کہ وہ ناراض جدو ہوئے تو وہ نال لے گئے ڈاکٹر فہمیدہ مرزا صاحبہ نو بھی تو بہت سارے لوگوں نو اچھی طرح علم ہے کہ یہ دونوں میاں بیوی نے اور بڑے کلوز سرکٹ بھی سن پاکستان دی قیادت کیا واقعی کوئی اندرون خانہ پیپلز پارٹی دے اندر کوئی گروپ جس طریقے نے کچھ لوگ تو اوپن نے جویں شاہ محمود قریشی صاحب نے جویں رضا ربانی صاحب دا ذکر آ رہا ہے جویں کدی کدی نواب یوسف تالپور دا ذکر آندا ہے غنی تالپور صاحب دا ذکر آندا ہے یا پھر اس طرح دے ہور لوگ ناہید خان اور صفدر عباسی دا ذکر تے عام ہی ہے اچھا شاہ محمود قریشی صاحب دے حوالے سب تو پہلے گل کرنا چاہوں کیونکہ اسی فورن پالیسی دے حوالے بڑی گل کر رہے ہیں کہ شاہ محمود قریشی صاحب نے یہ گل کہی ہے کہ جی صدر تے وزیر اعظم دے کہن اتنے امریکنز نو ویزے دیتے گئے سی ایک اتنا بڑا ایلیگیشن ہے کہ جہاں جواب شاید حکومت نو دینا پائے گا دوسری گل ساری دنیا چاہے گل ہو رہی ہے حالے تو کوئی کھل کے گل سامنے نہیں مگر جتنا امپورٹنٹ سیشن سی وہ دے بھی ڈاکٹر فہمیدہ مرزا صاحبہ نہیں شامل ہوئے تو بہت زیادہ سوالات ضرور اٹھ رہے ہیں اور دوسرا ایک اور چیز جڑی جنرل پاشا صاحب دے حوالے نال سامنے آئی ہے کہ جڑا ریمنڈ ڈیوس دا معاملہ سی وہ بھی وزیر اعظم اور صدر دے کہن تے انہاں نوں چھوڑیا گیا سی یہ بھی ایک کوسچن جے سامنے آ رہا ہے بہرحال میاں صاحب دی بھی ساری صورتحال تھوڑے سامنے ہے اور عمران بالکل میرے کو ٹائم جڑا وے بالکل فائنل پوزیشن تے پہنچ گیا اس نوں فائنل کلوزنگ دیاں جی ناظرین جس طرح جی اپنے پروگرام وچ گل کر رہے سی کیمرہ سیشن تو بعد پارلیمنٹ دی جڑی جوائنٹ ریزولوشن آئی سی انہوں نے قوم وچ ایک امید ضرور پیدا کیتی سی کہ شاید ہن پاکستان اپنے پیراں تے کھڑا ہوندے کی گل کرے گا تے امریکہ دی کوئی ہور ناانصافی بھی برداشت نہیں کرے گا مگر اج پھر پاکستان اتے ڈرون حملے کیتے گئے نے ہن پاکستانی قوم پوری سپاہ انتظار کر رہی ہے کہ پاکستان دی پارلیمنٹ تے حکومت انہاں ڈرون حملیاں دا جواب کس طرح دیندی ہے کہ اس ہن ٹائم بھی شاید کٹ گئی ہے حکومت میں جی ایک گل کہنا چاہنا وا کہ جڑے اقتدار دے وچ صدر وزیر اعظم جو پاکستان پیپلز پارٹی دے نال اتحادی نے انہوں نے تو بالکل پانچ سال دا حساب دینا ہوئے گا کیونکہ وہ اقتدار وچ رہے نے کی دتا ہے قوم نو لیکن وہ نال نال میاں نواز شریف صاحب کی پالیسی بدقسمتی نال نہ میں سمجھ آئیے نہ میرے دوست نو سمجھ آئیے پتہ نہیں لوگوں نو سمجھ آ رہی ہے یا نہیں آ رہی لیکن یہ چیز تقریباً لوگ کہہ رہے ہیں کہ میاں نواز شریف صاحب سیاسی طور پہ نہ تو اچھے پتے کھیڑ سکے تو نہ ہی آن والے وقت نظر